ਘਰ ਤੋਂ ਥੋੜੀ ਦੂਰ ਇੱਕ ਸ਼ਖਸ ਦੀ ਲਾਸ਼ ਮਿਲੀ, ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ। ਇਹ ਨੌਜਵਾਨ ਭਾਂਡਿਆਂ ਦੀ ਦੁਕਾਨ ਤੇ ਕੰਮ ਕਰਦਾ ਸੀ, ਸਾਰੀ ਰਾਤ ਘਰ ਨਹੀਂ ਆਇਆ ਤਾਂ ਸਵੇਰ ਵੇਲੇ ਜਦੋਂ ਦੇਖਿਆ ਤਾਂ ਇਸ ਦੀ ਲਾਸ਼ ਘਰ ਤੋਂ ਥੋੜੀ ਦੂਰ ਬਰਾਮਦ ਹੋਈ। ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ ਨੇ, ਜਿਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਤੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਦੇ ਵਿੱਚ ਭੇਜ ਦਿੱਤਾ। ਮੋਗਾ ਦੇ ਦੁਸ਼ਹਿਰਾ ਗਰਾਊਂਡ ਦੇ ਕੋਲ 32 ਸਾਲ ਦੇ ਸਤਪਾਲ ਸਿੰਘ ਦੀ ਲਾਸ਼ ਮਿਲੀ ਹੈ। ਲਾਸ਼ ਵੀ ਘਰ ਦੇ ਬਿਲਕੁਲ ਨੇੜੇ ਹੀ ਪਈ ਸੀ। ਜਾਣਕਾਰੀ ਮੁਤਾਬਿਕ ਸਤਪਾਲ ਮੋਗਾ ਦੇ ਇੱਕ ਭਾਂਡਿਆਂ ਵਾਲੀ ਦੁਕਾਨ ਤੇ ਕੰਮ ਕਰਦਾ ਸੀ, ਸਾਰੀ ਰਾਤ ਘਰ ਨਹੀਂ ਆਇਆ। ਸਵੇਰੇ ਦੇਖਿਆ ਤਾਂ ਉਸਦੀ ਲਾਸ਼ ਘਰ ਦੇ ਕੋਲ ਹੀ ਬਰਾਮਦ ਹੋਈ, ਖੂਨ ਦੇ ਨਾਲ ਲੱਥਪੱਥ ਸੀ। ਫਿਲਹਾਲ ਪੁਲਿਸ ਦੇ ਵੱਲੋਂ ਨੇੜੇ ਦੇ ਸੀਸੀਟੀਵੀ ਕੈਮਰੇ ਖੁੰਘਾਲੇ ਜਾ ਰਹੇ ਨੇ ਤਾਂ ਜੋ ਪਤਾ ਲੱਗ ਸਕੇ ਕਿ ਆਖਿਰਕਾਰ ਇਸ ਦੀ ਮੌਤ ਪਿੱਛੇ ਅਸਲ ਵਜ੍ਹਾ ਕੀ ਹੈ। ਮੈਂ ਤਾਂ ਇੱਥੇ ਨਹੀਂ ਜੀ, ਮੈਂ ਤਾਂ ਅੰਮ੍ਰਿਤਸਰ ਗਿਆ ਸੀ, ਬੇਟੀ ਨੂੰ ਲੈ ਕੇ, ਉਹਦੀ ਫਲਾਈਟ ਸੀਗੀ। ਮੈਨੂੰ ਮਗਰ ਫੋਨ ਗਿਆ, ਕਹਿੰਦੇ ਐਕਸੀਡੈਂਟ ਹੋ ਗਿਆ, ਜਿਹਦੀ ਘਰੇ ਆ ਜਾਓ। ਜਦੋਂ ਘਰੇ ਆਏ ਤਾਂ ਸੱਚੇ ਪਤਾ ਲੱਗਿਆ, ਕਹਿੰਦੇ ਉਹਦੇ ਨਾਲ ਮਾਰਿਆ ਗਿਆ ਉਹਨੂੰ। ਠੀਕ ਹੈ, ਮਾਰ ਕੇ ਸਿੱਟਿਆ ਪਿਆ ਸੀ ਮੁਹੱਲੇ ਵਾਲੇ ਨੂੰ, ਕਿਸੇ ਨੂੰ ਨਹੀਂ ਪਤਾ ਲੱਗਿਆ। ਕੋਈ ਬੜੀ ਸਫਾਈ ਵਾਲੀ ਆਉਂਦੀ, ਉਹਨੂੰ ਪਤਾ ਲੱਗਿਆ ਤੇ ਉਹਨੇ ਦੱਸਿਆ ਜੀ। ਫਿਰ ਸੁਬਹਾ ਪਤਾ ਨਹੀਂ ਮੁਲਾਜ਼ਮ ਲੈ ਕੇ ਆਏ, ਮੈਂ ਹੈ ਨਹੀਂ ਸੀਗਾ ਜੀ ਇੱਥੇ, ਮੈਂ ਹੁਣੇ ਆਇਆ ਹੁਣ ਸਾਰ, ਮੈਂ ਇੱਧਰ ਨੂੰ ਭੱਜਿਆ ਆ। ਕਿੰਨੀ ਕੁ ਉਮਰ ਸੀ ਤੁਹਾਡੇ ਭਰਾ ਦੀ? 35 ਸਾਲ ਦੀ ਉਮਰ ਹੈਗੀ ਹੈ ਜੀ। ਹਾਲਾਤ ਕੀ ਸੀਗੇ ਉਹਦੇ ਜਦੋਂ ਮਿਲਿਆ, ਉਹਦੀ ਬੋਡੀ ਮਿਲੀ ਹੈ? ਮੈਂ ਇੱਥੋਂ ਦੱਸੀ ਜਾਂਦੇ, ਮੈਂ ਤਾਂ ਹਜੇ ਮੱਤੇ ਵੀ ਵੇਖਿਆ ਵੀ ਨਹੀਂ। ਪਹਿਲਾਂ ਸ਼ਾਦੀ ਹੋਈ ਸੀ, ਉੱਧਰੋਂ ਨਿਬੜਿਆ ਸੀ, ਕੋਈ ਚੱਕਰ ਨਹੀਂ ਸੀਗਾ, ਕੋਈ ਰੌਲਾ ਨਹੀਂ ਸੀਗਾ ਉਹਨਾਂ ਦਾ। ਕੰਮ ਕੀ ਕਰਦਾ ਸੀਗਾ? ਕੰਮ ਭਾਂਡਿਆਂ ਲਗਾਉਣ ਤੇ ਲੱਗਿਆ ਜੀ, 6-7 ਸਾਲ ਹੋ ਗਏ ਉੱਥੇ ਕੰਮ ਕਰਦਾ ਜੀ। ਘਰੋਂ ਕੀ ਕਹਿ ਕੇ ਗਿਆ ਸੀਗਾ? ਘਰੋਂ ਤਾਂ ਦੁਕਾਨ ਤੇ ਜਾਂਦਾ ਜੀ ਬਸ। ਤੇ ਰਾਤੀ ਵਾਪਸ ਨਹੀਂ ਆਇਆ? ਰਾਤੀ ਨਹੀਂ ਆਇਆ ਜੀ, ਰਾਤ ਉਹਦਾ ਭਤੀਜਾ ਸਮਾਂ ਡੀਕਦਾ ਵੀ ਰਿਹਾ, ਫੋਨ ਵੀ ਲਾਉਂਦਾ ਰਿਹਾ, ਪਰ ਉਹ ਵਾਪਸ ਨਹੀਂ ਆਇਆ। ਕਹਿੰਦਾ ਵੀ ਬੇਟਾ ਤੂੰ ਕਹਿੰਦਾ ਪੈ ਜਾ, ਅਤੇ ਮੇਰੇ ਮਾਲਕਾਂ ਦੀ ਗੱਡੀ ਆਈ ਆ, ਅਤੇ ਉਦੋਂ ਗੱਡੀ ਲਾ ਕੇ ਕਹਿੰਦਾ ਮੈਂ ਫੇਰ ਆਊਂਗਾ। ਉਹਨਾਂ ਨੇ ਦੁਬਾਰਾ ਫੋਨ ਲਾਇਆ, ਕਹਿੰਦਾ ਮੈਨੂੰ ਟਾਈਮ ਲੱਗੂਗਾ। ਬਾਅਦ 'ਚੋਂ ਚੱਲ ਸੂਟ ਜਵਾਕ ਹੈ ਜੋ ਗਹਿ ਨਹੀਂ, ਉਹ ਵੀ ਥੱਕਿਆ ਸੀ, ਦੁਕਾਨ 'ਤੇ ਲੱਗਿਆ, ਉਹ ਸੌਂ ਗਿਆ। ਫਿਰ ਜਦੋਂ ਕਿਤੇ ਰਾਤ ਨੂੰ ਹਵਾ ਹੋਊਗਾ ਚੱਲੀ, ਬਾਹਰ ਖੁੱਲ੍ਹਾ ਛੱਡਤਾ ਵੀ ਚਾਚੂ ਨੇ ਆਉਣਾ ਵਾ। ਜਦੋਂ ਬਾਹਰ ਖੁੱਲ੍ਹਿਆ ਤਾਂ ਉਹ ਉੱਠ ਕੇ ਵੇਖਿਆ, ਕਹਿੰਦਾ ਵੀ ਚਾਚੂ ਤਾਂ ਆਇਆ ਨਹੀਂ ਗਾ, ਬਾਹਰ ਖੁੱਲ੍ਹਿਆ ਪਿਆ। ਫਿਰ ਉਹਨੇ ਬਾਹਰ ਮੈਨੂੰ ਲੱਗਦਾ ਲਾ ਲਿਆ ਹੋਣਾ ਜਾਂ ਪੈ ਗਿਆ ਹੋਣਾ, ਮੈਂ ਇੱਥੇ ਮੌਜੂਦ ਨਹੀਂ ਸੀ, ਅੰਮ੍ਰਿਤਸਰ ਸੀਗਾ ਜੀ। ਹਾਂ, ਬੇਟੇ ਨੂੰ ਮੇਰੇ ਨੂੰ ਲੈ ਕੇ ਆਏ, ਕਹਿੰਦੇ ਕੁਛ ਪੁੱਛਦਾਸ ਕਰਨੀ ਆ। ਉਸ ਤੋਂ ਬਾਅਦ ਮੈਂ ਵੀ ਇੱਥੇ ਆ ਗਿਆ, ਮੈਂ ਕਿਹਾ ਮੈਂ ਪਤਾ ਕਰਾਂ ਵੀ ਕੀ ਗੱਲ ਆ, ਨਾਲੇ ਭਰਾ ਦਾ ਪਤਾ ਕਰਾਂ, ਨਾਲੇ ਬੇਟੇ ਦਾ ਪਤਾ ਕਰਾਂ। ਉਸ ਰਾਤੀ ਮੈਂ ਫੋਨ ਲਾਇਆ ਸੀ ਪਹਿਲਾਂ ਉਹਨਾਂ ਨੂੰ 9-9:30 ਵਜੇ ਤੱਕ, ਮੈਂ ਕਿਹਾ ਵੀ ਕਦੋਂ ਆਉਣਾ ਤੁਸੀਂ ਚਾਚੂ? ਦੁਕਾਨ ਤੋਂ ਸ਼ੋਪ 'ਤੇ ਲੱਗੇ ਸੀ ਕਰਿਆਨੇ, ਇੱਥੇ ਭਾਂਡਿਆਂ ਦੀ ਦੁਕਾਨ 'ਤੇ, ਅਤੇ ਉਹ ਪਹਿਲਾਂ ਤਾਂ ਆ ਜਾਂਦੇ ਸੀ, ਅਸੀਂ ਦੋਨੇ 9 ਵਜੇ ਤੱਕ। ਅਤੇ ਰਾਤੀ ਕਹਿੰਦੇ ਵੀ ਅਸੀਂ ਬਾਊ ਕੇ ਘਰੇ ਜਾਣਾ ਗਾ, ਵੀ ਉਹਨਾਂ ਦੇ ਮਾਲ ਵਾਲੀ ਗੱਡੀ ਆਉਣੀ ਆ, ਸਮਾਨ ਸਮੂਨ ਲਾਉਣਾ, ਵੀ ਥੋੜ੍ਹਾ ਲੇਟ ਹੋ ਜੂੰਗਾ ਮੈਂ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਠੀਕ ਹੈ, ਓਕੇ। ਉਹਨਾਂ ਨੇ ਫੋਨ ਕਰਤਾ, ਫਿਰ ਮੈਂ 10-10:30 ਵਜੇ ਫੋਨ ਲਿਆ, ਫਿਰ ਫੋਨ ਨਹੀਂ ਚੱਕੇ ਗਏ। ਫਿਰ ਮੈਂ ਕਿਹਾ ਚਲੋ ਉੱਥੇ ਸੌਂ ਗਏ ਹੋਣਗੇ, ਪੈ ਗਏ ਨੂੰ, ਪਹਿਲਾਂ ਵੀ ਉੱਥੇ ਉਹਨਾਂ ਦੀ ਪੁਰਾਣੀ ਕੋਠੀ 'ਚ ਪੈ ਜਾਂਦੇ ਆ ਕੰਮ ਕੁੰਮ ਕਰਕੇ, ਕਈ ਵਾਰੀ ਕਈ ਜਦੋਂ ਗੱਡੀ ਗੁੱਡੀ ਆ ਜਾਂਦੀ ਕੋਈ ਸਮਾਨ ਲਾਹ ਕੇ, ਅਤੇ ਇਸ ਵਾਰ ਰਾਤੀ ਆਏ ਨਹੀਂ। ਅਤੇ ਰਾਤੀ ਫਿਰ ਮੈਂ ਵੇਟ ਕਰੀ ਗਿਆ, 2 ਵਜੇ ਤੱਕ ਆਏ ਨਹੀਂ, ਮੈਂ ਇਹਨੇ ਰਹੀ ਆਈ ਬਾਹਰ ਖੁੱਲ੍ਹਿਆ, ਜਦੋਂ ਇੱਕਦਮ ਮੈਂ ਕਿਹਾ ਸ਼ਾਇਦ ਆ ਗਏ, ਚੋ ਉੱਠ ਕੇ ਦੇਖਿਆ ਕੋਈ ਨਹੀਂ ਸੀ, ਫਿਰ ਮੈਂ ਬਾਹਰ ਲਾ ਕੇ ਅਤੇ ਪੈ ਗਿਆ। ਅਤੇ ਫਿਰ ਸੁਬਹਾ ਨੂੰ ਸਾਨੂੰ ਫੋਨ ਆਇਆ ਵੀ ਇੱਦਾਂ ਕਰਕੇ ਆਏ, ਤੁਹਾਡੇ ਇੱਥੇ ਸਾਨੂੰ ਮਿਲੇ ਆ ਜੀ, ਕੱਚੇ ਮੁਲਾਜ਼ਮਾਂ ਦੇ ਫੋਨ ਆਏ ਸੀ। ਕਿੱਥੇ ਕਿਵੇਂ ਬੋਡੀ ਪਈ ਸੀ ਉਹਦੀ? ਕੱਚੇ ਵਿਹੜੇ 'ਚ ਇੱਥੇ ਘਰ ਦੇ ਕੋਲ ਹੀ ਹੈ? ਹਾਂਜੀ, ਕੋਲ ਹੀ ਹੈ ਸਰ। ਕੀ ਹਾਲਾਤ ਕੀ ਸੀ ਜਦੋਂ? ਹਾਲਾਤ ਬਹੁਤ ਬੁਰਾ ਸੀ, ਦੇਖਿਆ ਨਹੀਂ ਜਾ ਰਿਹਾ ਸੀ, ਮਾਰੇ ਲੱਗ ਰਹੇ ਸੀ। ਹਾਂਜੀ ਹਾਂਜੀ, ਨਹੀਂ ਦੁਸ਼ਮਣੀ ਕੋਈ ਨਹੀਂ ਸੀ ਕਿਸੇ ਨਾਲ ਵੀ, ਉੱਦਾਂ ਦੇ ਬੰਦੇ ਹੈ ਹੀ ਨਹੀਂ ਸੀ, ਕਿਸੇ ਨਾਲ ਕੋਈ ਝਗੜਾ ਨਹੀਂ ਸੀ, ਕੋਈ ਨਿੱਜੀ ਵੈਰ ਨਹੀਂ ਸੀ, ਕੋਈ ਨਹੀਂ ਸੀ। ਉਹ ਤਾਂ ਡੇਲੀ 9 ਵਜੇ ਅਸੀਂ ਸੁਬਹਾ ਜਾਣਾ ਅਤੇ 9 ਵਜੇ ਸ਼ਾਮ ਨੂੰ ਆ ਜਾਣਾ ਦੁਕਾਨ 'ਤੇ ਸੀ। ਮੈਂ ਅੱਗੇ ਲੱਗਾ ਦੁਕਾਨ 'ਤੇ ਫਟਕਾਂ ਕੋਲੇ, ਅਤੇ ਉਹ ਇੱਥੇ ਲੱਗੇ ਉਹਦੇ ਭਾਂਡਿਆਂ ਵਾਲੀ ਦੁਕਾਨ 'ਤੇ। ਅਤੇ ਮਾਲਕਾਂ ਤੋਂ ਪੁੱਛਿਆ ਵੀ ਕਿੱਥੇ ਗਏ ਸੀਗੇ? ਉਹਨਾਂ ਨੂੰ ਪੁੱਛਿਆ, ਉਹ ਦੱਸਦੇ ਕਹਿੰਦੇ ਵੀ ਪਤਾ ਨਹੀਂ ਜਲਦੀ ਦੁਕਾਨ ਵਧਾ ਕੇ ਚਲੇ ਗਏ ਸੀ ਸ਼ਾਇਦ, ਪਤਾ ਨਹੀਂ ਕਿੱਥੇ ਬਰਥਡੇ ਪਾਰਟੀ 'ਤੇ ਉਹ ਇੱਦਾਂ ਕਹੀ ਜਾਂਦੇ ਆ।
ਅਤੇ ਮੇਰੇ ਨਾਲ ਗੱਲ ਹੋਈ ਜੋ ਮੈਨੂੰ ਇੱਦਾਂ ਹੀ ਕਿਹਾ ਸੀ ਚਾਚੂ ਨੇ, ਕਹਿੰਦੇ ਵੀ ਮੈਂ ਬਹੂ ਕੇ ਘਰ ਜਾਣਾ ਗਾ, ਉਹਨਾਂ ਦੇ ਮਾਲ ਵਾਲੀ ਗੱਡੀ ਆਈ ਹੈ ਅਤੇ ਗੱਡੀ ਲਵਾ ਕੇ ਮੈਂ ਥੋੜ੍ਹਾ ਲੇਟ ਹੋ ਜੂੰਗਾ ਅਤੇ ਮੈਂ ਫਿਰ ਆ ਜੂੰਗਾ। ਕਿੱਥੇ ਗਿਆ ਹੋਏਗਾ ਤੁਸੀਂ? ਨਹੀਂ ਹਜੇ ਤੱਕ ਤਾਂ ਕੋਈ ਪਤਾ ਨਹੀਂ ਗਾ ਜੀ। ਕਿਸੇ ਦੇ ਨਾਲ ਗਏ ਸੀ, ਕੋਈ ਪਤਾ ਨਾਲ ਕੌਣ ਸੀ? ਨਹੀਂ ਮੈਨੂੰ ਕੋਈ ਪਤਾ ਨਹੀਂ, ਮੈਂ ਪਿਆ ਆ ਗਿਆ ਸੀ ਜਦੋਂ ਮੈਂ ਘਰ ਆ ਕੇ ਦੇਖਿਆ, ਮੈਂ ਕਿਹਾ ਚਾਚੂ ਆਏ ਨਹੀਂ, ਫਿਰ ਤਾਂ ਕਰਕੇ ਮੈਨੂੰ ਦਾਦੀ ਜੀ ਕਹਿੰਦੇ ਵੀ ਫੋਨ ਲਾਓ ਤੁਸੀਂ ਪੁੱਛੋ, ਮੈਂ ਫੋਨ ਲਾਇਆ, ਫਿਰ ਗੱਲਬਾਤ ਕਰਕੇ ਫਿਰ ਮੈਂ ਵੇਟ ਕਰੀ ਆ ਕਾਫੀ ਟਾਈਮ, ਫਿਰ ਸੁਬਹਾ ਪਤਾ ਲੱਗਿਆ।